ਟੈਕਸ ਆਫਿਸ ਨੇ ਤਾਮਿਲਨਾਡੂ ਵਿਚ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਰਾਜ ਦੇ 33 ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ। ਇਸ ਵਿੱਚ 21 ਜਗ੍ਹਾ ਚੇਨਈ ਅਤੇ 12 ਚੇਨਈ ਦੇ ਬਾਹਰ ਨੇ। ਜਿਨ੍ਹਾਂ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਵਿੱਚ ਸਪੈਕਟ੍ਰਮ ਮਾਲ ਦੇ ਮਾਲਕ, ਪਟੇਲ ਗਰੁੱਪ, ਬਾਰਾ ਗਰੁੱਪ, ਮਿਲਨ ਗਰੁੱਪ ਅਤੇ ਗੰਗਾ ਫਾਊਂਡੇਸ਼ਨ ਗਰੁੱਪ ਦੇ ਠਿਕਾਣੇ ਸ਼ਾਮਿਲ ਨੇ। ਵਿਭਾਗ ਨੇ ਮਧੂਰਈ ਵਿੱਚ 3 ਵਪਾਰਕ ਸਮੂਹਾਂ ਨਾਲ ਸੰਬੰਧਿਤ 33 ਠਿਕਾਣਿਆਂ ਉੱਤੇ ਛਾਪੇ ਮਾਰੇ ਨੇ। ਇਸ ਛਾਪੇਮਾਰੀ ਦਾ ਸੰਬੰਧ ਜੇਲ੍ਹ ਵਿੱਚ ਬੰਦ ਅੰਨਾ ਦਲ ਮੁੱਖ ਨੇਤਾ ਵੀ ਕੇ ਸ਼ਸ਼ੀਕਲਾ ਦੇ ਰਿਸ਼ਤੇਦਾਰ ਅਤੇ ਵਪਾਰਕ ਸਹਿਯੋਗੀਆਂ ਦੇ ਟਿਕਾਣਿਆਂ ਉੱਤੇ ਇਸ ਤੋਂ ਪਹਿਲੇ ਲਈ ਗਈ ਤਲਾਸ਼ੀ ਨਾਲ ਹੈ। ਇਸ ਇੱਕ ਸੀਨੀਅਰ ਅਧਿਕਾਰੀ ਨੇ ਆਖਿਆ ਕਿ ਸਮੂਹਾਂ ਦੇ ਟੈਕਸ ਚੋਰੀ ਅਤੇ ਮੁਖੌਟੀ ਕੰਪਨੀਆਂ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਹੈ।